ਸਤਿ ਸ਼੍ਰੀ ਅਕਾਲ। ਅੱਜ ਵਲੋਗ ਆ ਗਿਆ ਜੇ ਲੰਬਾਈ ਤੇ ਗੁਣਾ ਚੜਾਈ, ਕੱਲੀ ਲੰਬਾਈ ਵੀ ਜ਼ੀਰੋ ਤੇ ਚੜਾਈ ਵੀ ਜ਼ੀਰੋ, ਚੌੜਾਪਣ, ਵੀ ਸ਼ੇਪ ਤੇ ਲੈਟਸ, 6 ਤੋਂ ਲੈ ਕੇ 8 ਤਰ੍ਹਾਂ ਦੇ ਵਰਕਆਊਟ ਦੱਸਾਂਗੇ। ਵੈਸੇ ਤੇ ਚਿੰਨਾ ਵੀ ਲਾ ਲਓ 200 ਤੇ ਚੜਾਈ ਹੋ ਜਾਂਦੀ ਆ, ਪਰ ਫਿਰ ਵੀ ਬਿਗਨਰ ਪ੍ਰੋਫੈਸ਼ਨਲ ਵਾਸਤੇ ਅੱਜ ਆਪਾਂ ਦੱਸਾਂਗੇ ਲੈਟਸ ਦੀ ਐਕਸਰਸਾਈਜ਼ਾਂ। ਹਰ ਸੈੱਟ ਦੇ ਵਿੱਚ 10 ਤੋਂ 15 ਰੈਪੀਟੀਸ਼ਨ, ਵਲੋਗ ਵੱਡਾ ਹੋ ਜਾਂਦਾ। ਆਪਾਂ ਤੁਹਾਨੂੰ ਲੱਗੇ ਦੱਸਾਂਗੇ 2 ਜਾਂ 3 ਰੈਪੀਟੀਸ਼ਨ। ਫਸਟ ਆਫ ਆਲ ਚਿੰਨ ਅਪ ਲਓ ਜੀ। ਸਭ ਤੋਂ ਪਹਿਲਾਂ ਚਿੰਨ ਅਪ ਸਾਥ ਅਵਾਇਡ, ਜਿਹੜੇ ਮੇਰੀ ਫੇਵਰੇਟ ਐਕਸੀ, ਜਿਹੜੇ ਮੈਂ 20 ਤੋਂ 25 ਝੁੱਟੀ ਮਾਰ ਲੈਂਦੀ ਹਾਂ। ਡਾਊਨ ਅਪ, ਡਾਊਨ ਅਪ, ਡਾਊਨ ਅਪ, ਆ ਗਏ ਵਾਰਮ ਅਪ ਹੋ ਗਏ। ਇਹ ਤੁਸੀਂ ਪਹਿਲਾਂ 50-60 ਜ਼ਰੂਰ ਲਾਉਣੇ ਆ। ਹੁਣ ਆਪਾਂ ਨਾਲ ਹੀ ਕਲੋਜ਼ ਗ੍ਰਿਪ ਕਰ ਲੈਣੇ ਚਿੰਨ ਅਪਸ, ਜਿਹੜੇ ਸਾਡੇ ਅੰਦਰੋਂ ਲੈਟਸ ਹੁੰਦੇ ਆ। ਇਹ ਵੀ 30-40 ਚਿੰਨ ਅਪ ਵੀ ਆਪਾਂ ਲਾਉਣੇ ਆ। ਕੋਈ ਵਰਕਆਊਟ ਮਿਸ ਕਰ ਦਿਓ, ਲੈਟਸ ਲਾਉਣੇ ਆ, ਚਿੰਨ ਅਪ ਕਦੀ ਮਿਸ ਨਹੀਂ ਕਰਨੇ। ਥੈਂਕ ਯੂ। ਨਾਲ ਦੀ ਨਾਲ ਹੀ ਆਪਾਂ ਇਨ ਟੱਚ ਰਹਾਂਗੇ। ਅਗਲੇ ਸੈੱਟ ਆਪਾਂ ਬਿਲਕੁਲ ਤਿਆਰ ਰੱਖੇ ਆ। ਇਸ ਤੋਂ ਬਾਅਦ ਆਪਾਂ ਲਾਵਾਂਗੇ ਕੇਬਲ ਕਰੋਸ ਵੇਟ, ਮੈਂ ਸੈੱਟ ਕਰ ਰਿਹਾ, ਤੁਸੀਂ ਆਪਣੇ ਕੈਪੈਸਿਟੀ ਅਕੋਰਡਿੰਗ ਪਾਉਣਾ ਵਾ। ਜਰਕ ਮੂਵਮੈਂਟਸ ਬਿਲਕੁਲ ਨਹੀਂ ਕਰਨੀ। ਆ ਵੇਖੋ ਨਾਲ ਦੀ ਨਾਲ ਪਸੀਨਾ ਜੋਸ਼ ਮੇਰੇ ਸੈੱਟ ਵਿੱਚ ਲੱਗ ਰਿਹਾ ਆ। ਹਾਂ, ਚੈੱਕ ਕਰੋ ਐਂਗਲ, ਬਹੁਤ ਵਧੀਆ ਐਕਸੀ ਹੈਗੀ ਆ ਜੇ ਤੁਸੀਂ ਇਹਨੂੰ ਤਰੀਕੇ ਨਾਲ ਲਾਓ ਦੇ। ਵੇਖੋ ਸਿੰਗਲ ਹੈਂਡ ਕੇਬਲ ਕਰੋਸ, ਅਪ ਡਾਊਨ, ਰੈਪੀਟੀਸ਼ਨ 10 ਤੋਂ 15, ਸੈੱਟ 3, ਰੈਸਟ ਆਪਣੇ ਸਟੈਮਿਨੇ ਦੇ ਅਕੋਰਡਿੰਗ ਕਰ ਲਓ। ਆਪਾਂ ਤਾਂ ਵੈਸੇ 20 ਸਕਿੰਟ ਹੀ ਕਰਦੇ ਹਾਂ, ਕਿਸੇ ਵੇਲੇ ਕਰੀਦੀ ਵੀ ਨਹੀਂ ਆ। ਲੈਟ ਦੀ ਐਕਸੀ ਬੜੀ ਛੋਟੀ ਹੁੰਦੀ ਆ, 10 ਮਿੰਟਾਂ ਵਿੱਚ ਮੈਂ ਲੈਟਸ ਲਾਏ ਆ ਕੰਬੋ ਸੈੱਟ ਲਾ ਕੇ, ਤਾਂ ਹੀ ਮੁੜ ਕੇ ਜਦੋਂ ਲੰਘ ਜਿਹਦੇ ਤਾਂ ਲੋਕ ਮੋਟਰਸਾਈਕਲ ਦੇ ਪਿੱਛੇ ਬੈਠੇ ਹੀ ਦਾ, ਪਿੱਛੋਂ ਵੇਖ ਕੇ ਅੱਗੇ ਆ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ। ਹੁਣ ਆ ਗਈ ਆਪਣੀ ਐਕਸਰਸਾਈਜ਼ ਰੋਪ, ਇਹ ਵੀ ਬਹੁਤ ਧਿਆਨ ਨਾਲ ਵੇਖਿਓ। ਜਿੰਮਾਂ 'ਚ ਘੱਟ ਲੋਕਾਂ ਨੂੰ ਪਤਾ ਹੈਗਾ, ਪੂਰੇ ਪਰ ਨਿਕਲ ਜਾਂਦੇ ਆ, ਪਰ ਗੋਡੇ ਲਾ ਕੇ ਮੈਟ ਰੱਖ ਕੇ ਥੱਲੇ ਜਾ ਕੇ ਰੱਸਾ ਵੇਖੋ ਖੋਲ੍ਹ ਕੇ ਰੱਖਣਾ ਪੂਰਾ। ਜਰਕ ਮੂਵਮੈਂਟਸ ਬਿਲਕੁਲ ਕਰਨੀ, ਗੋਡੇ ਇੱਕ ਜਗ੍ਹਾ ਪੂਰੇ ਥੱਲੇ ਟੱਚ ਕਰ ਲੈਣੇ ਆ। ਰੈਪੀਟੀਸ਼ਨ 12 ਤੋਂ 15, ਸੈੱਟ 3, ਵੇਖੋ ਚੜਾਈ, ਵੇਖੋ ਬੈਗ। ਹੁਣ ਅੱਗੇ ਐਕਸਰਸਾਈਜ਼ ਫਿਰ ਆਪਣੀ ਅਗਲੇ ਬਣੇ ਤਿਆਰ ਆ। ਪੂਰਾ ਫੋਨ ਨਾ ਚਲਾਇਆ ਕਰੋ ਵਰਕਆਊਟ ਦੇ ਵਿੱਚ, ਐਂਡ ਦੇ ਤੁਹਾਨੂੰ ਮੱਛੀ ਡਾਂਡੇ ਵੀ ਲਾ ਕੇ ਦੱਸਾਂਗੇ, ਜਿਹੜੀ ਸਾਡੀ ਫੇਵਰੇਟ ਐਕਸੀ ਆ, ਸਾਡੀ ਚੜਾਈ ਦਾ ਰਾਜ। ਓਏ ਹੋਏ ਹੋਏ, ਪੁੱਲ ਓਵਰ, ਬੜੀ ਗਲਤ ਐਕਸੀ ਲਾਉਂਦੇ ਲੋਕ, ਹਿੱਪ ਥੱਲੇ ਕਰ ਲੈਂਦੇ ਆ, ਟਪੂਸੀਆਂ ਮਾਰੀ ਜਾਂਦੇ ਬਾਂਦਰ ਵਾਂਗੂ, ਕੜਾਚ ਕੜਾਚ ਕੜਾਚ, ਆ ਵੇਖ ਤਾਂ 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 ਚੁੱਕ। ਹਾਂ, ਮੋਢੇ ਵੇਖੋ, ਬਾਹਾਂ ਖੋਲੋ, ਖੋਲ ਖੋਲ, ਡੋਲੇ ਖੋਲ ਸਰਦਾਰ। ਹਾਂ, ਡਾਊਨ ਅਪ, ਰੈਪੀਟੀਸ਼ਨ 12 ਤੋਂ 15, ਸੈੱਟ 3, ਲੱਤਾਂ ਗੋਡੇ ਨਹੀਂ ਲਾਉਣਾ। ਜੇ ਕਿਸੇ ਲੜਕੇ ਦਾ ਭਾਰ ਜ਼ਿਆਦਾ ਵਾ, ਉਹਦੇ ਪੈਰਾਂ ਦੇ ਪੈਰ ਰੱਖ ਲਓ ਅਤੇ ਆਪਣਾ ਥੋੜ੍ਹਾ ਕੁ 20 ਕਿਲੋ ਭਾਰ ਪਾ ਲਓ, ਇਹ ਨਾ ਹੋਵੇ ਕਿਤੇ ਲੜਕਾ ਪਿੱਛੇ ਦੇ ਉਹਦਾ ਇੱਥੇ ਹੀ ਅਰਥੀਆਂ ਚੁਣੀਆਂ ਜਾਣ। ਵੇਖੋ ਸਿਰਫ ਲੈਟਸ ਲੈਂਦਾ ਜੇ, ਬੜੇ ਲੋਕਾਂ ਨੂੰ ਘੱਟ ਪਤਾ ਜੇ ਪੁੱਲ ਓਵਰ ਲਾਉਣ ਦਾ। ਸੈੱਟ 3 ਅਤੇ ਰੈਪ 12 ਤੋਂ 15, ਅਗਲਾ ਸੈੱਟ ਤਿਆਰ। ਹੁਣ ਆਪਾਂ ਸਟੈਚਿੰਗ ਕਰਨ ਲੱਗੇ ਹਾਂ, ਵਿੱਚ ਵਿੱਚ ਸਟ੍ਰੈਚ ਕਰੋ, ਪਾਈਪ ਫੜ ਲਓ, ਮੁੰਡਾ ਫੜ ਲਓ, ਨਾਲ ਨਾਲ ਸਟੈਚਿੰਗ ਕਰਕੇ ਅਤੇ ਵਿੱਚ ਵਿੱਚ ਆਪਾਂ ਲੈਟਸ 'ਤੇ 1-2 ਪੋਜ਼ ਦੇ ਦਿੰਦੇ ਹਾਂ। ਸਟ੍ਰੈਚਿੰਗ ਇਜ਼ ਦਾ ਮਸਟ ਐਨੀ ਐਕਸਰਸਾਈਜ਼, ਜ਼ਰੂਰ ਕਰੋ ਕੋਈ ਵੀ ਐਕਸਰਸਾਈਜ਼ ਹੋਵੇ। ਲੈਟਸ ਪੋਜ਼ ਹੈ, ਆਹ ਆਹ, ਕੰਨ ਲਾ ਕੇ ਪਾਉਂਦਾ ਹੀ ਪਟਾਕਾ ਹੋਏ, ਪੁੱਤ ਬਚੀ ਰਾਣੇ ਕੋ, ਆਹ ਖਿੱਚ 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 ਹੋਏ ਖਿੱਚ ਹੋਏ, ਹੁਣ ਖਿੱਚੇ ਹੀ, ਪਹਿਲਾਂ ਨਹੀਂ ਖਿੱਚਦੇ ਸੈਕਲ ਸਾਹਿਬ, ਹੁਣ ਖਿੱਚੇ ਹੀ, ਹੁਣ ਖਿੱਚੇ ਹੀ,
ਹੁਣ ਅਗਲਾ ਸੈਟ ਨੂੰ ਸਮਝਾ ਰਿਹਾ ਵਾਂ, ਤੇ ਰੁਕੋ, ਪੁੱਲ ਡਾਊਨ ਮੇਨ ਐਕਸਾਈ ਅਪਰ ਪੁਲੀ। ਇਹ ਵੀ ਬੜੇ ਲੋਕ ਨਾ ਜਿੱਦਾਂ ਆਪਾਂ ਬੋਰ ਨਹੀਂ ਕਰਦੇ ਖਿੱਚੀ ਆਉਂਦੇ ਹੁੰਦੇ, ਵੇਖੋ ਕਿਆ ਬਾਤ, ਗੁੱਡ ਖਿੱਚ ਕੇ ਸ਼ਾਬਾਸ਼। ਰੈਪੀਟੀਸ਼ਨ 12 to 15 ਸੈੱਟ, 3 ਨੋ ਯਰਕ ਮੂਵਮੈਂਟਸ, ਰੈਸਟ ਆਪਣੇ ਅਕੋਰਡਿੰਗ ਅਤੇ ਵੇਟ ਆਪਣੀ ਕਪੈਸਿਟੀ ਦੇ ਅਕੋਰਡਿੰਗ ਹੀ ਪਾਉਣਾ ਜਿੰਨਾ ਤੁਸੀਂ ਲਾ ਸਕਦੇ ਜੀ, ਠੀਕ ਆ। ਹੁਣ ਇਸ ਤੋਂ ਬਾਅਦ ਆਪਾਂ ਬੁਲਾਵਾਂਗੇ ਬੈਕ ਪੁੱਲ ਡਾਊਨ, ਹੱਥ ਅਵਾਇਡ, ਥੱਲੇ ਪਿੱਛੇ ਅੱਗੇ ਸੈੱਟ, ਭਾਰ ਨਿਕਲ ਗਏ ਬਾਹਰ, ਰੋਡ ਨੂੰ ਪੂਰਾ ਥੱਲੇ ਨਹੀਂ ਕਰਨਾ, ਸ਼ੋਲਡਰ ਬੈਕ ਸ਼ੋਲਡਰ ਤੋਂ 5 ਇੰਚ ਉੱਪਰ ਰੱਖਣਾ। ਰੈਪੀਟੇਸ਼ਨ 12 to 15 ਸੈੱਟ, 3 ਵੱਧ ਤੋਂ ਵੱਧ ਰੈਸਟ 1 ਮਿੰਟ ਦੀ। ਓਏ ਹੋਏ ਰੋਇੰਗ ਮੇਰੀ ਫੇਵਰੇਟ, ਚੈੱਕ ਕਰੋ ਪਹਿਲਾਂ ਹਰ ਐਕਸਰਸਾਈਜ਼ ਦੇ ਵਿੱਚ ਪਹਿਲਾਂ ਨਾ ਆਪਣੇ ਨੂੰ ਸੈੱਟ ਕਰਿਆ ਕਰੋ, 3 ਸੈੱਟ ਦੇਖੋ ਵੀ ਸ਼ੇਪ ਲੱਗਣ ਡਿਆ ਨਹੀਂ ਰੋਨੀ ਕੋਲ ਮੈਨ ਆਹ ਇੱਥੇ ਰੱਖ ਹੋਏ ਸ਼ੇਰਾ ਦੇਖ ਲਓ। ਤੁਹਾਨੂੰ ਫ੍ਰੀ ਦੇ ਵਿੱਚ ਸਾਰੀਆਂ ਐਕਸਰਸਾਈਜ਼ ਆਪਾਂ ਦੱਸ ਕੇ ਪਾ ਰਹੇ ਜੇ, ਅਜੇ ਸਾਨੂੰ ਯੂਟਿਊਬ 'ਤੇ ਕੋਈ ਪੈਸਾ ਵੀ ਨਹੀਂ ਆਉਣ ਡਿਆ, ਫ੍ਰੀ ਸੇਵਾ, ਫ੍ਰੀ ਸੇਵਾ। ਇੱਕ ਹੁੰਦੀ ਕਾਰ ਸੇਵਾ, ਇਹ ਹੈਗੀ ਫ੍ਰੀ ਸੇਵਾ। ਚਲੋ ਮਹਾਰਾਜ ਨੇ ਗੁਣ ਦਿੱਤਾ, ਪਾਤਸ਼ਾਹ ਕਹਿੰਦੇ ਵੰਡੋ, ਬੈਂਡ ਓਵਰ ਰਾਡ, ਬਹੁਤ ਵਧੀਆ। ਹੈਵੀ ਵੇਟ ਨਹੀਂ ਲਾਉਣਾ, ਡਿਸਤੇ ਜ਼ੋਰ ਆਏਗਾ, ਬਿਲਕੁਲ ਮੀਡੀਅਮ ਵੇਟ ਰੱਖਣਾ। ਬੈਂਡ ਓਵਰ ਬੈਕ ਵਾਸਤੇ ਬਹੁਤ ਬੈਸਟ ਐਕਸ ਹੈਗੀ ਆ। ਐਂਡ 3 ਸੈੱਟ 12 to 15, ਪਸੀਨਾ ਨਾਲ ਨਾਲ ਆਈ ਜਾਣਾ, ਨਾਲ ਜੋਸ਼ ਵਿਖਾਈ ਜਾਣਾ, ਜੋਸ਼ ਜੋਸ਼। 3 ਸੈੱਟ 12 to 15, ਚੱਲ ਵੀ ਜਵਾਨਾ ਬਹਿ ਕੇ ਵੇਖ ਜਵਾਨਾ, ਸਹਿਗਲ ਸਾਹਿਬ ਵੀ ਸ਼ੇਪ ਕਿੱਦਾਂ ਲਾਉਂਦੇ ਨੇ। ਹੁਣ ਹੋ ਗਈ ਆਪਣੀ ਬੈਂਡ ਓਵਰ ਰਾਡ, ਕਲੋਜ਼ ਗ੍ਰਿਪ, ਅੱਗੇ ਆਪਾਂ ਸਿੱਧੀ ਲਾਈ, ਪੁਸ਼ ਡਾਊਨ ਮਸ਼ੀਨ ਟ੍ਰਾਈਸਲ ਥੱਲੇ ਲੈ ਜਾਓ, 2-6 ਛੱਡ ਕੇ ਡਾਊਨ, ਹਾਂ ਪਿੱਛੇ ਆ ਕੇ ਮੈਂ ਫੜ ਲੈਣਾ, ਸਪੋਰਟ ਮੁੰਡਾ ਆ ਗਿਆ ਟੋਪੀ ਵਾਲਾ ਪਿੱਛੇ, ਹਾਂ ਇੱਥੇ ਹੱਥ ਰੱਖ ਲਓ, ਬਸ ਮਾੜੀ ਸਪੋਰਟ ਦੇ ਗਏ। ਵੈਸੇ ਜੇ ਤੁਹਾਡਾ ਤੁਸੀਂ ਟੂਗੈਦਰ ਨਹੀਂ ਹੈਗੇ, ਇਕੱਲਾ ਬੰਦਾ ਲਾਦਾ, ਇਹਦੇ ਵਿੱਚ ਵੀ ਆਪਾਂ ਵੇਟ ਜ਼ਿਆਦਾ ਨਹੀਂ ਪਾਉਣਾ। ਸੈੱਟ 3 ਰੈਪ 12 to 15 ਬੈਂਡ ਓਵਰ ਕਲੋਜ਼ ਗ੍ਰਿਪ, ਕਿਆ ਬਾਤ, ਦੇਖੋ ਪੂਰਾ ਜ਼ੋਰ ਪੈ ਰਿਹਾ, ਵਾਹ ਜੀ ਵਾਹ, 10 ਚੋਂ 10 ਨੰਬਰ। ਅਗਲਾ ਸੈੱਟ ਰੈਡੀ ਜੇ, ਧਿਆਨ ਰੱਖਿਓ, ਗੌਰ ਕਰਿਓ, ਚੈੱਕ ਕਰਿਓ, ਅਗਲਾ ਸੈੱਟ ਵੀ ਘੈਂਟ ਹੀ ਆ ਰਿਹਾ ਜੀ। ਬੱਲੇ ਸਿੰਗਲ ਐਂਡ ਡੰਬਲ, ਕਿਸੇ ਨੇ ਕੰਧ ਫੜ ਲੈਣੀ ਆ, ਕਿਸੇ ਨੇ ਸਪੋਰਟ ਲੈ ਲੈਣੀ ਆ, ਕਿਸੇ ਨੇ ਬੈਂਚ 'ਤੇ ਗੋਡਾ ਰੱਖ ਲੈਣਾ, ਆਪਣੇ ਹੱਥੀਂ ਆਪਣਾ ਆਪੇ ਕਾ ਸਵਾਰੀਏ, ਆਪਣੇ ਗੋਡਿਆਂ ਦੇ ਪਾਰ ਰੱਖੋ, ਨਾਲੇ ਪੱਟਾਂ ਜਾਣ ਆਉਂਦੀ ਆ। ਸਿੰਗਲ ਐਂਡ ਡੰਬਲ ਸੈੱਟ 3, ਖੱਬੇ ਅਤੇ ਸੱਜੇ ਬਰਾਬਰ ਲਾਉਣਾ ਜੇ 12-12, ਠੀਕ ਆ। ਅਗਲੇ ਸੈੱਟ 'ਤੇ ਆ ਜਾਓ ਮੁੰਡਿਆ, ਆ ਜਾਓ ਕੈਮਰਾਮੈਨ, ਕਮਾਂਡੋ ਆ ਜੀ, ਕਮਾਂਡੋ ਕਮਾਂਡੋ, ਜੋਸ਼ ਖਿੱਚ ਕੇ ਕਲੋਜ਼ ਗ੍ਰਿਪ ਲਾਉਣ ਲੱਗੇ ਆਪਾਂ, ਕਲੋਜ਼ ਗ੍ਰਿਪ, ਪੁੱਲ ਡਾਊਨ, ਬਹੁਤ ਵਧੀਆ ਐਕਸਰਸਾਈਜ਼, ਮੇਨ ਐਕਸਰਸਾਈਜ਼। ਬਸ ਇੱਕ ਦੀ ਐਕਸਰਸਾਈਜ਼ ਆ ਕੇ ਮੁੜ ਕੇ 10 ਮੱਛੀ ਡੰਡ ਮਾਰੂਗਾ ਤੁਹਾਨੂੰ, ਕਿਉਂਕਿ ਮੈਨੂੰ ਮੱਛੀ ਡੰਡ ਮਾਰਦਾ ਬੜਾ ਫਾਇਦਾ। ਇੱਕ ਗਿੱਠ ਵੱਡੀ ਖੋਲ੍ਹ ਕੇ ਹੱਥ ਪਾਉਣੇ ਆ। 12 to 15 ਸੈੱਟ, 3 ਸੈੱਟ 12 to 15 ਸੈੱਟ, ਰੈਪੀਟੇਸ਼ਨ 12 to 15 ਸੈੱਟ ਵੀ 3, ਪੁੱਲ ਡਾਊਨ ਕਲੋਜ਼ ਗ੍ਰਿਪ। ਸੱਜਣਾ ਵੇ ਸੱਜਣਾ, ਤੇਰੇ ਬਾਜੋਂ ਸੁੰਨੀ ਲੱਗਦੀ ਦੁਪਹਿਰ। ਮੱਛੀ ਰੰਡ ਹੁਣ ਤੁਹਾਨੂੰ
ਕੋਚ ਸਾਹਿਬ ਆਪ ਹੋਏ ਮੂਹਰੇ, 3 ਫੁੱਟ ਦਾ ਫਾਸਲਾ, ਮੱਛੀ ਡੰਡ ਮੇਰੀ ਫੇਵਰੇਟ ਐਕਸ ਹੈ ਜੀ, 500 ਮੈਂ ਮਾਰਨੇ ਹੁੰਦੇ ਆ, ਤੁਸੀਂ ਵੀ ਮਾਰੋ 500, ਤੁਸੀਂ ਵੀ ਪਾਓ ਇੰਨੀ ਚੜਾਈ, ਅਤੇ ਮੁੜ ਕੇ ਕਰੋ ਕਦਾਈ, ਰੱਜ ਕੇ ਖਾਓ ਅਤੇ ਰੱਜ ਕੇ ਵਾਹੋ। ਦੇਖੋ ਮੱਛੀ ਡੰਡ, ਮਜ਼ਾ ਹੀ ਆ ਜਾਂਦਾ ਮਾਰ ਕੇ, ਮਜ਼ਾ ਮਜ਼ਾ ਮਜ਼ਾ। ਮੰਡੋ ਗਾਣਾ ਆਉਂਦਾ ਕੋਈ ਬੋਲ ਤੁਸੀਂ ਵਿੱਚ ਆਉਂਦਾ ਕੋਈ? ਹੈ ਕਮਾਂਡੋ ਨੂੰ ਗਾਣਾ ਨਹੀਂ ਆਉਂਦਾ, ਕਮਾਂਡੋ ਨੂੰ ਨੀਂਦ ਆਉਂਦੀ ਹੁਣ, ਨੀਂਦ ਆਉਂਦੀ ਹੈ। ਇਸ ਤਰ੍ਹਾਂ ਮਾਰਨੇ ਡੰਡ, ਤੁਸੀਂ ਇੰਝ ਕਰਿਆ ਕਰੋ ਹਰ ਸੈੱਟ ਦੇ ਵਿੱਚ ਨਾ 5-5, 10-10 ਮਾਰੀ ਜਾਓ, ਠੀਕ ਆ, ਐਂਡ 'ਤੇ 100-200 ਮਾਰ ਲਓ, ਅਤੇ ਨਾਲ ਜੋਸ਼, ਪਸੀਨੇ ਦਾ ਜੋਸ਼, ਪਸੀਨਾ ਜੋਸ਼। ਕਮਾਂਡੋ ਲਾਈਵ ਵੇਖਿਆ ਤੂੰ? ਹਾਂਜੀ ਭਾਈ, ਮੈਂ ਤੇ ਵੇਖਿਆ ਵਾ ਕਿ ਜਿਵੇਂ ਬਾਲਟੀ ਨਹੀਂ ਭਰ ਜਾਂਦੀ। ਲੋਕੀ ਕਹਿੰਦੇ ਨਾ ਨਹਾਉਂਦਾ ਵਾ, ਪਸੀਨਾ ਨਹੀਂ ਹੈਗਾ ਭਾਈ। ਜਿਹੜਾ ਹੈਗਾ ਮੈਂ ਆਪਣੇ ਵੱਲੋਂ 2 ਲੱਖ ਦਵਾਂਗਾ, ਐਵੇਂ ਪਸੀਨਾ ਕੱਢ ਕੇ ਵਿਖਾ ਦੇ। ਐਵੇਂ ਕੰਟਰੋਵਰਸੀ ਸਾਲੇ, ਆਹ ਡੋਲਾ ਪੰਪ ਬੜਾ ਹੋ ਗਿਆ, ਕਿਆ ਬਾਤ, ਕੋਸਾ ਬਾ ਹੋਏ ਮੂਹਰੇ।